ਤਾਂ ਬੇਹੱਦ ਵੱਡਾ ਹਾਦਸਾ ਹੋਇਆ ਹੈ ਬੁੱਗਾ ਸਾਹਿਬ ਗੁਰਦੁਆਰੇ ਦੇ ਕੋਲ, ਜਿੱਥੇ ਨਹਿਰ ਦੇ ਵਿੱਚ ਨਹਾਉਣ ਵੇਲੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਦਰਅਸਲ ਆਪਣੇ ਆਪਣੇ ਘਰੋਂ ਜਗਰਾਤਾ ਦੇਖਣ ਆਏ ਸੀ ਸ਼ਰਧਾਲੂ, ਰਾਤ ਕਾਫੀ ਹੋ ਗਈ ਤਾਂ ਬੁੱਗਾ ਸਾਹਿਬ ਨੇੜੇ ਨਹਾਉਣ ਲੱਗੇ ਤਾਂ ਨਹਿਰ ਦੇ ਵਿੱਚ ਜਿਹੜਾ ਪਾਣੀ ਸੀ ਉਸਦਾ ਵਹਾਅ ਇੱਕਦਮ ਤੇਜ਼ ਹੋ ਜਾਂਦਾ ਹੈ, ਜਿਸ ਕਰਕੇ ਦੋਹਾਂ ਦੀ ਜਿਹੜੀ ਬਾਡੀ ਹੈ ਉਹ ਨਾਲ ਹੀ ਵਹਿ ਜਾਂਦੀ ਹੈ। ਹੁਣ ਤੱਕ ਦੋਹਾਂ ਦੀਆਂ ਦੇਹਾਂ ਬਰਾਮਦ ਨਹੀਂ ਹੋਈਆਂ ਹਨ, ਪਰ ਲਗਾਤਾਰ ਜਿਹੜਾ ਸਰਚ ਆਪਰੇਸ਼ਨ ਹੈ ਉਹ ਜਾਰੀ ਹੈ। ਕੀਰਤਪੁਰ ਸਾਹਿਬ ਦੇ ਨਜ਼ਦੀਕੀ ਸਥਾਨ ਬੁੱਗਾ ਸਾਹਿਬ ਦੇ ਕੋਲ ਇਹ ਹਾਦਸਾ ਹੋਇਆ ਹੈ, ਜਿੱਥੇ ਨਹਿਰ ਦੇ ਵਿੱਚ ਨਹਾਉਣ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਆਪਣੀ ਰਿਸ਼ਤੇਦਾਰੀ ਦੇ ਵਿੱਚ ਦੋ ਨੌਜਵਾਨ ਬੁੱਗਾ ਸਾਹਿਬ ਨੇੜੇ ਆਏ ਹੋਏ ਸਨ ਅਤੇ ਨਹਿਰ ਦੇ ਵਿੱਚ ਨਹਾਉਣ ਸਮੇਂ ਇਹ ਹਾਦਸਾ ਹੋ ਗਿਆ। ਗੋਤਾਖੋਰਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਰਿਸ਼ਤੇਦਾਰਾਂ ਦਾ ਇਹ ਕਹਿਣਾ ਕਿ ਹੁਣ ਤੱਕ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਹ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ, ਦੋ ਨੌਜਵਾਨ ਇੱਥੇ ਰਿਸ਼ਤੇਦਾਰੀ 'ਚ ਆਏ ਹੋਏ ਸੀਗੇ ਬੁੱਗਾ ਸਾਹਿਬ, ਉਹ ਇੱਥੇ ਨਹਾਉਂਦੇ ਹੋਏ ਅਤੇ ਇਹਦਾ ਪੈਰ ਸਲਿਪ ਹੋ ਗਿਆ ਬਾਈ ਚਾਂਸ, ਅਤੇ ਦੂਜਾ ਉਹਨੂੰ ਬਚਾਉਣ ਲਈ ਅੰਦਰ ਗਿਆ ਤਾਂ ਦੋਨੋਂ ਨਹਿਰ ਦੇ ਵਿੱਚ ਡੁੱਬ ਗਏ। ਸੋ ਗੋਤਾ ਕਰਨ ਦੀ ਹੈਲਪ ਨਾਲ ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਰਾਤਾ ਜੀ ਅਤੇ ਬਾਬੇ ਦੇ। ਅੱਛਾ ਜੀ। ਭਾਈ ਫਿਰ ਨਿਆਣੇ ਨਾਲ ਘਰਾਂ ਪਾਣੀ ਨਹੀਂ ਹੁੰਦਾ, ਨਿਆਣੇ ਫਿਰ ਨਹਾਉਣ ਆ ਗਏ ਇੱਧਰ, ਠੀਕ ਹੈ, ਮੋਟਰਸਾਈਕਲ ਧੋਣਗੇ। ਫਿਰ ਮੈਂ ਇੱਕ ਮਿੰਟ ਡੱਡ ਗਿਆ, ਭਾਣਜੀ ਨੇ ਪੜ੍ਹਨ ਲੱਗਿਆ, ਉਹਨੇ ਉਹ ਵੀ ਨਾਲ ਚੱਕੀ ਪਾ ਦਿੱਤੀ। ਤਾਂ ਬੇਹੱਦ ਵੱਡਾ ਹਾਦਸਾ ਹੋਇਆ ਹੈ ਬੁੱਗਾ ਸਾਹਿਬ ਗੁਰਦੁਆਰੇ ਦੇ ਕੋਲ, ਜਿੱਥੇ ਨਹਿਰ ਦੇ ਵਿੱਚ ਨਹਾਉਣ ਵੇਲੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਦਰਅਸਲ ਆਪਣੇ ਆਪਣੇ ਘਰੋਂ ਜਗਰਾਤਾ ਦੇਖਣ ਆਏ ਸੀ ਸ਼ਰਧਾਲੂ, ਰਾਤ ਕਾਫੀ ਹੋ ਗਈ ਤਾਂ ਬੁੱਗਾ ਸਾਹਿਬ ਨੇੜੇ ਨਹਾਉਣ ਲੱਗੇ ਤਾਂ ਨਹਿਰ ਦੇ ਵਿੱਚ ਜਿਹੜਾ ਪਾਣੀ ਸੀ ਉਸਦਾ ਵਹਾਅ ਇੱਕਦਮ ਤੇਜ਼ ਹੋ ਜਾਂਦਾ ਹੈ, ਜਿਸ ਕਰਕੇ ਦੋਹਾਂ ਦੀ ਜਿਹੜੀ ਬਾਡੀ ਹੈ ਉਹ ਨਾਲ ਹੀ ਵਹਿ ਜਾਂਦੀ ਹੈ। ਹੁਣ ਤੱਕ ਦੋਹਾਂ ਦੀਆਂ ਦੇਹਾਂ ਬਰਾਮਦ ਨਹੀਂ ਹੋਈਆਂ ਹਨ, ਪਰ ਲਗਾਤਾਰ ਜਿਹੜਾ ਸਰਚ ਆਪਰੇਸ਼ਨ ਹੈ ਉਹ ਜਾਰੀ ਹੈ। ਕੀਰਤਪੁਰ ਸਾਹਿਬ ਦੇ ਨਜ਼ਦੀਕੀ ਸਥਾਨ ਬੁੱਗਾ ਸਾਹਿਬ ਦੇ ਕੋਲ ਇਹ ਹਾਦਸਾ ਹੋਇਆ ਹੈ, ਜਿੱਥੇ ਨਹਿਰ ਦੇ ਵਿੱਚ ਨਹਾਉਣ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਆਪਣੀ ਰਿਸ਼ਤੇਦਾਰੀ ਦੇ ਵਿੱਚ ਦੋ ਨੌਜਵਾਨ ਬੁੱਗਾ ਸਾਹਿਬ ਨੇੜੇ ਆਏ ਹੋਏ ਸਨ ਅਤੇ ਨਹਿਰ ਦੇ ਵਿੱਚ ਨਹਾਉਣ ਸਮੇਂ ਇਹ ਹਾਦਸਾ ਹੋ ਗਿਆ। ਗੋਤਾਖੋਰਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਰਿਸ਼ਤੇਦਾਰਾਂ ਦਾ ਇਹ ਕਹਿਣਾ ਕਿ ਹੁਣ ਤੱਕ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਹ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ, ਦੋ ਨੌਜਵਾਨ ਇੱਥੇ ਰਿਸ਼ਤੇਦਾਰੀ 'ਚ ਆਏ ਹੋਏ ਸੀਗੇ ਬੁੱਗਾ ਸਾਹਿਬ, ਉਹ ਇੱਥੇ ਨਹਾਉਂਦੇ ਹੋਏ ਅਤੇ ਇਹਦਾ ਪੈਰ ਸਲਿਪ ਹੋ ਗਿਆ ਬਾਈ ਚਾਂਸ, ਅਤੇ ਦੂਜਾ ਉਹਨੂੰ ਬਚਾਉਣ ਲਈ ਅੰਦਰ ਗਿਆ ਤਾਂ ਦੋਨੋਂ ਨਹਿਰ ਦੇ ਵਿੱਚ ਡੁੱਬ ਗਏ। ਸੋ ਗੋਤਾ ਕਰਨ ਦੀ ਹੈਲਪ ਨਾਲ ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਰਾਤਾ ਜੀ ਅਤੇ ਬਾਬੇ ਦੇ। ਅੱਛਾ ਜੀ। ਭਾਈ ਫਿਰ ਨਿਆਣੇ ਨਾਲ ਘਰਾਂ ਪਾਣੀ ਨਹੀਂ ਹੁੰਦਾ, ਨਿਆਣੇ ਫਿਰ ਨਹਾਉਣ ਆ ਗਏ ਇੱਧਰ, ਠੀਕ ਹੈ, ਮੋਟਰਸਾਈਕਲ ਧੋਣਗੇ। ਫਿਰ ਮੈਂ ਇੱਕ ਮਿੰਟ ਡੱਡ ਗਿਆ, ਭਾਣਜੀ ਨੇ ਪੜ੍ਹਨ ਲੱਗਿਆ, ਉਹਨੇ ਉਹ ਵੀ ਨਾਲ ਚੱਕੀ ਪਾ ਦਿੱਤੀ।